ਅਸਲਾਮ ਵਾਲੇਕੁਮ ਉਸਮਾਨ ਐਗਰੀਕਲਚਰ 'ਚ ਦੋਸਤਾਂ ਨੂੰ ਖੁਸ਼ਾਮਦੀਦ ਕਹਿੰਦੇ ਹਾਂ। ਅੱਜ ਮੰਡੀ ਦੇ ਅੰਦਰ ਮਾਸ਼ਾਅੱਲਾ ਗੰਦਮ ਦੀ ਕੀਮਤ ਦੇ ਅੰਦਰ ਬੜਾ ਇਜ਼ਾਫਾ ਦੇਖਣ 'ਚ ਮਿਲਦਾ ਪਿਆ, ਅਚਾਨਕ ਬੜਾ ਛੱਕਾ ਲੱਗ ਗਿਆ ਗੰਦਮ ਦੀ ਕੀਮਤ ਦੇ ਅੰਦਰ। ਅਤੇ ਦੋਸਤੋ, ਜਿਸ ਤਰ੍ਹਾਂ ਦੋਸਤ ਜਾਣਦੇ ਆ ਕਿ ਜਦੋਂ ਗੰਦਮ ਦੀ ਕੀਮਤ ਵੱਧਦੀ ਹੈ ਅਤੇ ਮੰਡੀ ਦੇ ਅੰਦਰ ਗੰਦਮ ਆਉਣਾ ਸ਼ੁਰੂ ਹੋ ਜਾਂਦੀ ਆ। ਅਤੇ ਬਾਕੀ ਅੱਜ ਗੱਲਾਂ ਮੰਡੀ ਦੇ ਅੰਦਰ ਗੰਦਮ ਦੀ ਕੀ ਸੂਰਤ ਹਾਲ ਆ, ਮੈਂ ਤੁਹਾਡੇ ਦੋਸਤਾਂ ਨਾਲ ਅੱਜ ਰੇਟ ਸ਼ੇਅਰ ਕਰਦਾ ਵਾਂ। ਇਸ ਤੋਂ ਪਹਿਲਾਂ ਮੇਰੇ ਨਵੇਂ ਦੋਸਤਾਂ ਨੂੰ ਗੁਜ਼ਾਰਿਸ਼ ਆ, ਜਿਹਦੇ ਚੈਨਲ 'ਤੇ ਨਏ ਆ ਉਹ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਦੋਸਤੋ ਤੁਹਾਨੂੰ ਇਸ ਤਰ੍ਹਾਂ ਦੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ। ਅੱਜ ਮਾਸ਼ਾਅੱਲਾ ਗੱਲਾਂ ਮੰਡੀ ਦੇ ਅੰਦਰ ਤਿਲ ਤੀਰੀ ਵੀ ਬੜੀ ਮਕਦਾਰ ਦੇ ਅੰਦਰ ਆ ਰਿਹਾ ਵਾ, ਕਿਉਂਕਿ ਜਿਹੜਾ ਨਵਾਂ ਤਿਲ ਤੀਰੀ ਆ ਉਹ ਵੀ ਮੰਡੀ ਦੇ ਅੰਦਰ ਆਉਣਾ ਸ਼ੁਰੂ ਹੋ ਚੁੱਕਿਆ ਵਾ। ਅਤੇ ਉਹਦੇ ਨਾਲ ਨਾਲ ਜਿਹੜੀ ਗੰਦਮ ਦੀ ਮਕਦਾਰ ਦੇ ਅੰਦਰ ਗੰਦਮ ਦੀ ਕੀਮਤ ਦੇ ਅੰਦਰ ਇਜ਼ਾਫੇ ਤੋਂ ਬਾਅਦ ਗੰਦਮ ਨੇ ਵੀ ਮੰਡੀ ਦਾ ਰੋਕ ਕਰ ਲਿਆ ਵਾ। ਬਾਕੀ ਅੱਜ ਤਿਲ ਤੀਰੀ ਦਾ ਕੀ ਸੂਰਤ ਹਾਲ, ਅੱਜ ਤਿਲ ਤੀਰੀ ਮਾਸ਼ਾਅੱਲਾ 15,000 ਤੋਂ ਉੱਪਰ ਫਰੋਖਤ ਹੋ ਰਿਹਾ ਵਾ, ਜਿਹੜਾ ਸਾਫ਼ ਸੁਥਰਾ ਅੱਛਾ ਹਾਈ ਕੁਆਲਿਟੀ ਦਾ ਤੇਲ ਆ। ਉਸ ਤੋਂ ਬਾਅਦ ਦੋਸਤੋ, ਅਗਰ ਆਪਾਂ ਗੱਲ ਕਰਦੇ ਹਾਂ ਗੰਦਮ ਦੀ, ਗੰਦਮ ਮਾਸ਼ਾਅੱਲਾ ਮਾਰਕੀਟ ਦੇ ਅੰਦਰ ਬਿਲਕੁਲ ਨਈ ਕੀਮਤ ਦੇ ਨਾਲ ਆਉਣਾ ਸ਼ੁਰੂ ਹੋ ਚੁੱਕੀ ਹੈ। ਤੁਸੀਂ ਵੇਚਦੇ ਪਏ ਹੋ ਕਿਸ ਤਰ੍ਹਾਂ ਮਾਸ਼ਾਅੱਲਾ ਢੇਰਾਂ ਦੇ ਢੇਰ ਲੱਗੇ ਪਏ ਆ ਗੰਦਮ, ਜਿਸ ਤਰ੍ਹਾਂ ਕੀ ਆ ਉਹਨਾਂ ਨੂੰ ਮੋਜਾਂ ਲੱਗ ਗਈਆਂ। ਬਾਕੀ ਜਿਹੜਾ ਗਰੀਬ ਕਿਸਾਨ ਸੀਗਾ ਉਹਨੇ ਤਾਂ 2500-2600 ਨੂੰ ਵੇਚਤੀ ਸੀ। ਅਗਰ ਆਪਾਂ ਦੋਸਤੋ ਗੱਲ ਕਰਦੇ ਹਾਂ ਅੱਜ ਗੱਲਾਂ ਮੰਡੀ ਦੇ ਅੰਦਰ, ਜਿਹੜੀ ਗੰਦਮ ਮਾਸ਼ਾਅੱਲਾ 2850 ਰੁਪਏ ਤੋਂ ਲੈ ਕੇ 3150 ਰੁਪਏ ਤੱਕ ਫਰੋਖਤ ਹੋਣ ਡੀ ਆ। ਇਹ ਦੋਸਤੋ 3150 ਰੁਪਏ ਤੱਕ ਜਿਹੜੀ ਗੰਦਮ ਫਰੋਖਤ ਹੋਣ ਡੀ ਆ ਉਹ ਘਰਾਂ 'ਤੇ ਲੈ ਕੇ ਜਾ ਰਹੇ ਆ। ਬਾਕੀ ਅਗਰ ਆਪਾਂ ਗੱਲ ਕਰਦੇ ਹਾਂ ਕਿਸਾਨ ਭਾਈਆਂ ਕੋਲ ਕੁਛ ਨਾ ਕੋਈ ਸਟਾਕ ਅਜੇ ਮੌਜੂਦ ਵਾ, ਉਹ ਕੋਸ਼ਿਸ਼ ਕਰਨ ਗੰਦਮ ਸਟਾਕ ਕਰੀ ਰੱਖਣੀ, ਇਨਸ਼ਾਅੱਲਾ ਅਗਸਤ ਤੋਂ ਬਾਅਦ ਜਾ ਕੇ ਜਿਹੜੀ ਗੰਦਮ ਦੇ ਅੰਦਰ ਮਜ਼ੀਦ ਇਜ਼ਾਫਾ ਦੇਖਣ ਨੂੰ ਮਿਲੂਗਾ। ਮੈਂ ਪਹਿਲੇ ਵੀਡੀਓ ਦੇ ਅੰਦਰ ਵੀ ਦੱਸਿਆ ਸੀਗਾ ਕਿ 7ਵੇਂ 8ਵੇਂ ਤੋਂ ਮਹੀਨੇ ਤੋਂ ਬਾਅਦ ਜਿਹੜੀ ਗੰਦਮ ਆ ਉਹ ਮਹਿੰਗੇ ਦਮ ਫਰੋਖਤ ਹੋਣ ਲੱਗ ਗਈ ਹੈ, ਉਹ ਹੋਣ ਲੱਗ ਜਾਣੀ ਹੈ। ਮਾਸ਼ਾਅੱਲਾ ਜੀ ਤੁਸੀਂ ਵੇਚਦੇ ਪਏ ਹੋ ਗੰਦਮ ਮੰਡੀ ਦੇ ਅੰਦਰ ਫਿਰ ਆਉਣਾ ਸ਼ੁਰੂ ਹੋ ਚੁੱਕੀ ਆ। ਮੰਡੀ ਦੇ ਅੰਦਰ ਗੰਦਮ ਨੇ ਬੜੀ ਰੌਣਕ ਲਾਈ ਹੋਈ ਆ ਅਤੇ 3150 ਰੁਪਏ ਤੀਕਰ ਫਰੋਖਤ ਹੋਣ ਡਈ ਆ। ਬਾਕੀ ਦੋਸਤੋ, ਤੁਹਾਡੇ ਇਲਾਕੇ ਦੇ ਅੰਦਰ ਗੰਦਮ ਦਾ ਕੀ ਰੇਟ ਆ ਅਤੇ ਤੁਹਾਡੇ ਕੋਲ ਕਿੰਨੀ ਗੰਦਮ ਪਈ ਆ ਸਾਨੂੰ ਕਮੈਂਟ ਬੋਕਸ 'ਚ ਲਾਜ਼ਮੀ ਦੱਸੋ। ਇਨਸ਼ਾਅੱਲਾ ਕਿੰਨੇ ਵੀਡੀਓ ਦੁਬਾਰਾ ਮਿਲਾਂਗੇ। ਦੋਸਤ ਆਪਣਾ ਬਹੁਤ ਸਾਰਾ ਖਿਆਲ ਰੱਖਿਓ। ਅੱਲਾ ਹਾਫਿਜ਼।